ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ। ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ, ਤਾਂ ਅੱਜ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਦੇ ਹਰ ਇੱਕ ਪਿੰਡ ਤੱਕ, ਪੰਜਾਬ ਦੇ ਹਰ ਇੱਕ ਮੁਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ, ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਅਤੇ ਮੈਂ ਆਪ ਜੀ ਨੂੰ ਦੱਸਣਾ ਚਾਹੂੰਗਾ, ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਓਵਾਲ ਤੋਂ ਇਸ ਕੈਂਪ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ। ਅਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ, ਕਿਸੇ ਮਾਤਾ ਨੂੰ, ਕਿਸੇ ਸਾਡੀ ਭੈਣ ਨੂੰ, ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਅੱਜ ਸਾਰੇ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ, SDM ਤੋਂ ਲੈ ਕੇ ਪਟਵਾਰੀ ਤੱਕ। ਇਹ ਨਹੀਂ ਕਿ ਫੋਰਮ ਇੱਥੇ ਜੀ ਜਾਓ ਜੀ, ਫਾਰਮ ਇਸ ਤੋਂ ਤਸਦੀਕ ਕਰਾਓ, ਖੁਦ ਹਲਕੇ ਦਾ MLA ਇੱਥੇ ਬੈਠਾ, ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ 'ਤੇ ਹੀ ਸਾਈਨ ਕਰੂੰਗਾ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ, ਪਿੰਡ ਦੇ ਕੋਈ ਸੜਕ, ਕੋਈ ਗਲੀ, ਕੋਈ ਨਾਲੀ ਬਣਨ ਵਾਲੀ ਹੈ, ਪਿੰਡ ਦੇ ਸਕੂਲ ਦੀ ਕੋਈ ਸਮੱਸਿਆ, ਤਾਂ ਸਿੱਖਿਆ ਮਹਿਕਮਾ, PWD ਮਹਿਕਮਾ, ਜਲ ਸਪਲਾਈ ਮਹਿਕਮਾ, ਜੰਗਲਾਤ ਮਹਿਕਮਾ, ਹਰ ਕਿਸੇ ਦਾ ਮਹਿਕਮਾ, ਹਰ ਤਰ੍ਹਾਂ ਦਾ ਜਿਹੜਾ ਮਹਿਕਮਾ ਹੈ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਹੈ, ਇਹ ਉਸਦਾ ਸਟਾਲ ਹੈ। ਉਸ ਤੋਂ ਬਾਅਦ ਇੱਧਰ ਜ਼ਰੂਰ ਤੁਸੀਂ ਆ ਜਾਂਦੇ, ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚ ਰਾਸ਼ਨ ਕਾਰਡ ਦੇ ਵਿੱਚ ਕੋਈ ਉਸਦਾ ਸਟਾਲ ਹੈ। ਇੱਧਰ ਜ਼ਰੂਰ ਤੁਸੀਂ ਆਉਂਦੇ ਹੋ, ਇਹ PWD ਮਹਿਕਮਾ ਪਿੰਡ ਦੇ ਵਿੱਚ, ਜਾਂ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਣਾ ਉਹ ਹੈ। ਉਸ ਤੋਂ ਬਾਅਦ ਬਿਜਲੀ ਮਹਿਕਮਾ, ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੇ ਕੋਈ ਦਿੱਕਤ ਹੈ, ਨਵਾਂ ਮੀਟਰ, ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸਦਾ ਸਟਾਲ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ਦਾ, ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ, ਪਾਣੀ ਦੀ ਦਿੱਕਤ ਹੈ, ਉਸਦਾ ਸਟਾਲ ਹੈ। ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ 'ਚ, ਸੁਵਿਧਾ ਕੇਂਦਰਾਂ 'ਚ ਹੁੰਦੇ ਸੀ ਉਸਦਾ ਸਟਾਲ। ਇਸ ਤੋਂ ਇਲਾਵਾ ਜੰਗਲਾਤ ਮਹਿਕਮਾ, ਸਿੱਖਿਆ ਮਹਿਕਮਾ, ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀ ਉਹ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ, ਅਤੇ ਪਿੰਡ ਦੇ ਸਾਰੇ ਲੋਕ ਵੀ ਇਕੱਠੇ ਹੋਏ ਆ। ਅਸੀਂ ਇੱਥੋਂ ਸ਼ੁਭਾਰੰਭ ਕਰਨ ਜਾ ਰਹੇ ਹਾਂ ਅਤੇ ਇਹ ਇੱਕ ਕੋਸ਼ਿਸ਼ ਹੈ, ਅਤੇ ਕੋਸ਼ਿਸ਼ ਕਰਾਂਗੇ ਫਿਰ ਇਸਨੂੰ ਹਰ 6 ਮਹੀਨੇ 'ਚ ਜਿਹੜਾ ਹੈ ਇੱਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਇਹ ਕੰਮ ਕਰ ਸਕੀਏ। ਬਹੁਤ ਬਹੁਤ ਧੰਨਵਾਦ।